28 नवंबर 2023 ਅਤੇ 29 ਨਵੰਬਰ 2023 28 ਤੋਂ ਲੈ ਕੇ 29 ਦੋ ਦਿਨ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਅਸੀਂ ਬੁਲਾਵਾਂਗੇ। ਉਸ ਸੈਸ਼ਨ ਦੇ ਅੰਦਰ ਵੱਖ ਵੱਖ ਬਿੱਲ ਵਿਧਾਨਕ ਜਿਹੜੇ ਬਿੱਲ ਸੀਗੇ ਜਿਹੜੇ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਉਹ ਬਿੱਲ ਜਿਹੜੇ ਨੇਗੇ ਪਾਸ ਕੀਤੇ ਜਾਣਗੇ ਤਾਂ ਕਿ ਜਿਹੜਾ ਸਾਡਾ ਪੰਜਾਬ ਦਾ ਰੈਵਨਿਊ ਕਾਫੀ ਜਗ੍ਹਾ 'ਤੇ ਰੁਕਿਆ ਹੋਇਆ ਸੀਗਾ ਉਹ ਵੀ ਦੁਬਾਰਾ ਆਉਣਾ ਸਟਾਰਟ ਹੋਵੇ। ਇਹਦੇ ਨਾਲ ਹੀ ਇੱਕ ਬਹੁਤ ਹੀ ਹੋਰ ਇੰਪੋਰਟੈਂਟ ਮਾਮਲਾ, ਕਿਉਂਕਿ ਜਦੋਂ ਵੀ ਕੋਈ ਕੈਬਨਿਟ ਹੁੰਦੀ ਆ, ਜਦੋਂ ਵੀ ਕੈਬਨਿਟ ਬੁਲਾਈ ਗਈ ਆ, ਹੁਣ ਤੱਕ ਲਗਭਗ ਹਰੇਕ ਕੈਬਨਿਟ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾ ਹੁੰਦਾ ਗਾ ਕਿ ਨਵੀਆਂ ਅਸਾਮੀਆਂ, ਨਵੇਂ ਰੋਜ਼ਗਾਰ ਦੇ ਸਾਧਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਕਿਵੇਂ ਪੈਦਾ ਕੀਤੇ ਜਾਣ, ਕਿਉਂਕਿ ਜਿਹੜਾ ਪੰਜਾਬ ਦਾ ਯੂਥ ਬ੍ਰੇਨ ਡਰੇਨ ਹੋ ਰਿਹਾ ਸੀਗਾ, ਜਿਹੜਾ ਪੁਰਾਣੇ ਸਮੇਂ ਦੇ ਅੰਦਰ 5 ਸਾਲ ਇੱਕ ਨੈਗਟਿਵ ਥਾਟ, ਇੱਕ ਨੈਗਟਿਵ ਧਾਰਨਾ ਪੰਜਾਬ 'ਚ ਪੈਦਾ ਹੋ ਗਈ ਸੀ ਕਿ ਪੰਜਾਬ 'ਚ ਕੋਈ ਨੌਕਰੀਆਂ ਨਿਕਲਦੀਆਂ ਹੈਗੀਆਂ। ਇਹ ਬਿਲਕੁਲ ਇਹ ਪ੍ਰਸੈਪਸ਼ਨ ਪੰਜਾਬ 'ਚ ਬਣ ਚੁੱਕੀ ਸੀ ਪਿਛਲੇ 5 ਸਾਲ ਬਣੀਆਂ, ਔਰ ਸਾਡਾ ਹਰੇਕ ਕੈਬਨਿਟ ਦੇ ਅੰਦਰ ਇਹ ਫੈਸਲਾ ਹੁੰਦਾ ਗਾ ਕਿ ਹਰੇਕ ਕੈਬਨਿਟ ਦੇ ਵਿੱਚ ਅਸੀਂ ਨਵੀਆਂ ਅਸਾਮੀਆਂ ਦੀ ਰਚਨਾ ਕਰੀਏ, ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰੀਏ, ਅਸੀਂ ਆਪਣੇ ਨੌਜਵਾਨ ਸਾਥੀਆਂ ਨੂੰ, ਨੌਜਵਾਨ ਮੁੰਡੇ ਕੁੜੀਆਂ ਦੇ ਪੰਜਾਬ 'ਚ ਰੁਜ਼ਗਾਰ ਦਈਏ। ਸੋ ਉਸ ਦੇ ਤਹਿਤ ਸਾਡੀ ਜਿਹੜੀ ਦਾ ਮਹਾਰਾਜਾ ਭੁਪਿੰਦਰਾ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਗਈ ਆ, ਉਹਦੇ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ, ਉਸ ਯੂਨੀਵਰਸਿਟੀ ਦੇ ਅੰਦਰ ਨਵੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ ਤਾਂ ਕਿ ਕੰਮ ਨੂੰ ਅਸਾਰੂ ਢੰਗ ਨਾਲ, ਸੁਚਾਰੂ ਢੰਗ ਨਾਲ, ਅੱਛੇ ਢੰਗ ਦੇ ਨਾਲ ਚਲਾਇਆ ਜਾਵੇ। ਉਹਦੀਆਂ ਜਿਹੜੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਆ, ਬੜੀ ਜਲਦੀ ਜਿਹੜੀਆਂ ਅਸਾਮੀਆਂ ਭਰਨਗੀਆਂ ਤਾਂ ਕਿ ਸਾਡੇ ਜਿਹੜੇ ਬੱਚੇ ਜਿਹੜੇ ਸਪੋਰਟਸ ਯੂਨੀਵਰਸਿਟੀ ਦੇ ਅੰਦਰ ਖੇਡਣਗੇ, ਉਹਨਾਂ ਦੇ ਡਿਗਰੀਆਂ ਦੇ ਲਈ, ਉਹਨਾਂ ਦੇ ਪ੍ਰਬੰਧ ਦੇ ਲਈ, ਉਹਨਾਂ ਦੇ ਜਿਹੜਾ ਵੀ ਕੰਮ ਕਾਰ ਆ ਉਹਦੇ ਲਈ ਜਿਹੜਾ ਹੈਗਾ ਅੱਛੇ ਢੰਗ ਨਾਲ ਕੰਮ ਹੋ ਸਕੇ। ਇਹ ਅੱਜ ਮੈਂ ਸਮਝਦਾ 2 ਬੜੇ ਇੰਪੋਰਟੈਂਟ ਡਿਸੀਜ਼ਨ ਪੰਜਾਬ ਸਰਕਾਰ ਦੇ ਹੋਏ ਨੇਗੇ। ਇਸ ਤੋਂ ਬਿਨਾਂ ਕਾਫੀ ਸਾਰੇ ਕੈਦੀਆਂ ਦੇ ਕੇਸ ਪੰਜਾਬ ਦੇ ਅੰਦਰ, ਜਿਹੜੇ ਕੈਦੀ ਸੀ ਉਹਨਾਂ ਵਿੱਚੋਂ ਕੁਛ ਨੂੰ ਰਿਹਾਅ ਕੀਤਾ ਗਿਆ ਗਾ, ਔਰ ਜਿਨ੍ਹਾਂ ਦੇ ਕੇਸ ਨਹੀਂ ਬਣਦੇ ਸੀਗੇ, ਜਿਹੜੇ ਡਿਜ਼ਰਵ ਨਹੀਂ ਕਰਦੇ ਸੀ, ਉਹਨਾਂ ਦੇ ਕੇਸ ਜਿਹੜੇ ਹੈਗੇ ਨੇ ਉਹ ਰੱਦ ਵੀ ਕੀਤੇ ਗਏ ਨੇਗੇ। ਇਹ ਅੱਜ ਦੇ ਮੈਂ ਸਮਝਦਾ ਅੱਜ ਮੇਨ ਜਿਹੜੇ ਉਹ ਫੈਸਲੇ ਅੱਜ ਵੀ ਕੈਬਨਿਟ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ 'ਚ ਲੈ ਗਏ ਨੇ। ਹਾਂਜੀ, ਦੇਖੋ 9 ਪੋਸਟਾਂ ਦੀ ਰਚਨਾ ਜਿਹੜੀ ਕੀਤੀ ਗਈ ਆ ਤਾਂ ਕਿ ਕੰਮ ਨੂੰ ਜਿਹੜਾ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਦੇਖੋ ਕਾਫੀ ਸਾਰੇ ਆਏ ਸੀ, ਜਿਨ੍ਹਾਂ ਵਿੱਚੋਂ ਲਗਭਗ 4 ਰਿਜੈਕਟ ਕੀਤੇ ਗਏ ਨੇ ਔਰ 5 ਦੇ ਕਰੀਬ ਜਿਹੜੇ ਨੇਗੇ ਉਹਨਾਂ ਦੀ ਰਿਹਾਈ ਦਾ ਫੈਸਲਾ। ਬਿਲਕੁਲ, ਉਹ ਮਾਨਯੋਗ ਸਾਡੇ ਸਪੀਕਰ ਸਾਹਿਬ ਇਹਦੇ 'ਤੇ ਫੈਸਲਾ ਲੈਣਗੇ, ਕਿਉਂਕਿ ਜਿਹੜਾ ਵਿਧਾਨਕ ਕੰਮਕਾਰ ਹੈਗਾ ਵਿਧਾਨ ਸਭਾ ਦੇ ਅੰਦਰ ਉਹ ਬਿੱਲ ਲੈ ਕੇ ਆਉਣਾ ਹੁੰਦਾ ਹੈਗਾ, ਉਹਦੇ ਨਾਲ ਦੀ ਨਾਲ ਜਦੋਂ ਕੋਈ ਸਵਾਲ ਜਵਾਬ ਆ ਉਹਦੇ ਲਈ ਸਮਾਂ ਘਟਾਉਣਾ ਵਧਾਉਣਾ ਉਹ ਮਾਨਯੋਗ ਸਪੀਕਰ ਸਾਹਿਬ ਦਾ ਉਹਨਾਂ ਦਾ ਕੰਮ ਹੈਗਾ, ਉਹ ਲੈਣਗੇ ਫੈਸਲਾ। ਬਿਲਕੁਲ, ਜਿੰਨੇ ਵੀ ਜਿਹੜਾ ਕੰਮਕਾਰ, ਚਾਹੇ ਆਪੋਜੀਸ਼ਨ ਦੇ MLA ਸਾਹਿਬਾਨ ਨੇ, ਚਾਹੇ ਸਰਕਾਰੀ ਧਿਰ ਦੇ MLA ਸਾਹਿਬਾਨ ਨੇ, ਸਾਰਾ ਆਪਣਾ ਆਪਣਾ ਕੰਮਕਾਰ ਉਹ ਸਮਾਂ ਰਹਿੰਦੇ। ਕੁਛ ਤਾਂ ਕੰਮਕਾਰ ਇਸ ਤਰ੍ਹਾਂ ਦਾ ਹੁੰਦਾ ਗਾ ਜਿਹੜਾ 2 ਘੰਟੇ ਵੀ ਪਹਿਲਾਂ ਲਾਇਆ ਜਾ ਸਕਦਾ ਗਾ, 2 ਦਿਨ ਵੀ ਪਹਿਲਾਂ ਲਾਇਆ ਜਾ ਸਕਦਾ। ਮੇਰੀ ਸਾਰਿਆਂ ਨੂੰ ਸਲਾਹ ਉਹਨਾਂ ਨੂੰ ਕਿ ਉਹ ਵਿਧਾਨ ਸਭਾ ਦੀ ਵਿਧਾਨ ਦੀ ਜਿਹੜੀ ਰੂਲ ਬੁੱਕ ਆ ਉਹ ਪੜ੍ਹ ਲੈਣ, ਉਹਦੇ ਵਿੱਚ ਜਿਹੜੇ ਹੈਗੇ ਨੇ ਤਰੀਕੇ ਦੱਸੇ ਗਏ ਨੇ ਕਿ 2 ਘੰਟੇ ਪਹਿਲਾਂ ਕਿਹੜਾ ਬਿੱਲ ਆ ਸਕਦਾ ਗਾ, ਕਿਹੜਾ ਕੰਮਕਾਰ ਆ ਸਕਦਾ ਗਾ, 2 ਦਿਨ ਪਹਿਲਾਂ ਕਿਹੜਾ ਕੰਮਕਾਰ ਆ ਸਕਦਾ ਗਾ, ਉਹਦੇ ਵਿੱਚ ਸਾਰੇ ਪ੍ਰਾਵਧਾਨ ਜਿਹੜੇ ਨੇ ਉਹ ਦਿੱਤੇ ਹੋਏ। ਵਿਧਾਨ ਸਭਾ ਦੇ ਵਿੱਚ
ਅੱਖੋਂ ਬਰੋਖੇ ਕੀਤਾ ਜਾਂਦਾ ਵੀ ਸਾਨੂੰ ਲਾਈਵ ਨਹੀਂ ਦਿਖਾਇਆ ਜਾਂਦਾ ਔਰ ਉਹਨਾਂ ਦੇ ਆਮ ਆਦਮੀ ਪਾਰਟੀ ਵੱਲ ਹੀ ਕੈਮਰੇ ਲਾਏ ਜਾਂਦੇ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸਾਰੀ ਪ੍ਰੈਸ ਦੀ ਗੈਲਰੀ ਦੇ ਅੰਦਰ ਪੂਰੀ ਪ੍ਰੈਸ ਬੈਠੀ ਹੁੰਦੀ ਆ। ਅੱਜ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਇਤਿਹਾਸ ਆ, ਪੰਜਾਬ ਵਿਧਾਨ ਸਭਾ ਦੀ ਹਿਸਟਰੀ ਆ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਪਹਿਲਾਂ ਪੰਜਾਬ ਅੰਦਰ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ। ਆਪ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਹੁਣ ਨੇਗੇ ਉਹ ਖੁਦ ਮੰਤਰੀ ਰਹੇ, ਉਹ ਤਾਂ ਕੈਮਰੇ ਤਾਂ ਉਹਨਾਂ ਨੇ ਤਾਂ ਲਾਈਵ ਕਦੇ ਕਰਾਇਆ ਹੀ ਨਹੀਂ ਸੀਗਾ। ਉਹ ਤਾਂ ਸੈਸ਼ਨ ਦੇ ਅੰਦਰ ਜਿਹੜੀਆਂ ਡਿਬੇਟਾਂ ਹੁੰਦੀਆਂ ਸੀਗੀਆਂ ਉਹ ਵੀ ਕੱਟ ਦਿੰਦੇ ਸੀਗੇ। ਇਹ ਉਹਨਾਂ ਦੇ ਸਮੇਂ ਦਾ ਇਤਿਹਾਸ ਅਸੀਂ ਦਰੁਸਤ ਕੀਤਾ ਗਾ। ਵਿਧਾਨ ਸਭਾ ਪੰਜਾਬ ਦੇ ਲੋਕ ਪਹਿਲੀ ਵਾਰ ਲਾਈਵ ਦੇਖਣ ਲੱਗੇ ਨੇਗੇ, ਸੋ ਉਹਨਾਂ ਨੂੰ ਇਹ ਫੈਸਲਾ ਸਵਾਗਤ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਜਿਹੜੀਆਂ ਅੜਚਨਾ ਖੜੀਆਂ ਕਰਦੇ ਨੇ। ਬਿਲਕੁਲ ਅਸੀਂ ਵਿਧਾਨ ਸਭਾ ਦੇ ਅੰਦਰ ਸੋਰੀ ਕੋਰਟ ਦੇ ਅੰਦਰ ਜਾਵਾਂਗੇ ਮੈਟਰ ਸਬ ਜੁਡਾਈਸ ਆ, ਪਰ ਲੇਕਿਨ ਸਾਰਾ ਕੁਛ ਕੈਮਰਿਆਂ ਦੇ ਸਾਹਮਣੇ ਹੁੰਦਾ ਗਾ। ਇਹ ਲਾਈਵ ਕੌਣ ਲੱਗੀ ਆ? ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂਆਤ ਕੀਤੀ ਆ, ਔਰ ਇਹ ਤਾਂ ਸਾਰਾ ਕੁਛ ਪੁਰਾਣੇ ਸਮੇਂ ਦੇ ਅੰਦਰ ਕਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਕਾਨੂੰਨ ਨੂੰ ਸਿੱਕੇ ਟੰਗਦੀ ਰਹੀ ਆ, ਕਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਅੰਦਰ ਆਪੋਜੀਸ਼ਨ ਨੂੰ, ਸਾਨੂੰ ਜਦੋਂ ਅਸੀਂ ਆਪੋਜੀਸ਼ਨ ਦੇ ਅੰਦਰ ਹੁੰਦੇ ਸੀਗੇ, ਚਲੋ ਉਹ ਤਾਂ ਲਾਈਵ ਤਾਂ ਹੋਣਾ ਵੱਖਰੀ ਗੱਲ ਆ, ਸਾਨੂੰ ਤਾਂ ਜਿਹੜੇ ਤੁਹਾਡੇ ਅਖਬਾਰ ਨੇ ਉਹਨੂੰ ਛਪੜ ਤੋਂ ਰੋਕ ਦਿੰਦੇ ਸੀਗੇ, ਤਾਂ ਹੁਣ ਤਾਂ ਸਾਰਾ ਕੁਛ ਆਜ਼ਾਦ ਹੈਗਾ। ਬਿਲਕੁਲ, ਹੁਣ ਤੱਕ ਦਾ ਜਿਹੜਾ ਬਿਜ਼ਨਸ ਆ ਉਹ ਦੋ ਦਿਨਾਂ ਦਾ ਗਾ, ਜੇਕਰ ਨਵਾਂ ਬਿਜ਼ਨਸ ਆ ਸਮੇਂ ਦੇ ਦੌਰਾਨ ਆਜੂਗਾ ਜਾਂ ਆਪੋਜੀਸ਼ਨ ਵਾਲੇ ਲੈ ਆਉਣਗੇ ਤਾਂ ਬਿਲਕੁਲ ਅਸੀਂ ਵਧਾਉਣ ਬਾਰੇ ਵਿਚਾਰ ਕਰ ਸਕਦੇ ਹਾਂ। ਦੇਖੋ ਦੇਸ਼ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ ਬੜੇ ਅੱਛੇ ਸ਼ਬਦਾਂ ਦੇ ਅੰਦਰ ਜਿਹੜਾ ਉਹ ਫੈਸਲਾ ਦਿੱਤਾ ਗਾ, ਔਰ ਮੈਂ ਸਮਝਦਾ ਸਾਡੇ ਮਾਨਯੋਗ ਗਵਰਨਰ ਸਾਹਿਬ ਉਸ ਫੈਸਲੇ ਦਾ ਮਾਨ ਸਨਮਾਨ ਕਰਨਗੇ, ਔਰ ਮੈਂ ਸਮਝਦਾ ਜਿਹੜਾ ਸੈਸ਼ਨ ਹੈ ਬਿਲਕੁਲ ਅੱਛੇ ਢੰਗ ਨਾਲ ਹੋਊਗਾ। ਸਰ ਇੱਕ ਪਿਛਲੇ ਦਿਨਾਂ ਹੁਸ਼ਿਆਰਪੁਰ 'ਚ ਰੈਲੀ ਕੀਤੀ, ਸੁਨੀਲ ਜਾਖੜ ਕਹਿ ਰਹੇ ਨੇ ਕਿ ਪ੍ਰੋਜੈਕਟ ਕੇਂਦਰ ਦੇ ਆ 60-40 ਦੀ ਰੇਸ਼ੋ ਨਾਲ ਤਿਆਰ ਕੀਤੇ ਜਾ ਰਹੇ, ਪਰ ਵਾਹ ਬਾਈ ਆਮ ਆਦਮੀ ਪਾਰਟੀ ਖੱਟ ਰਹੀ। ਦੇਖੋ ਜਦੋਂ ਆਪੋਜੀਸ਼ਨ ਕੋਲ ਬੋਲਣ ਲਈ ਕੁਛ ਨਾ ਹੋਵੇ, ਜਦੋਂ ਮੁੱਦੇ ਖਤਮ, ਫਿਰ ਕੋਈ ਨਾ ਕੋਈ ਉਹਨਾਂ ਨੇ ਸਵਾਲ ਖੜਾ ਕਰਨਾ ਹੁੰਦਾ। ਬਿਲਕੁਲ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਜੈਕਟ ਨੇਗੇ ਉਹਨਾਂ ਦੀ ਜਿਹੜੀ ਆ ਉੱਥੇ ਪੂਰੀ ਡਿਟੇਲ 'ਚ ਦਿੱਤੀ ਗਈ ਹੈ, ਤਾਂ ਮੈਂ ਸਮਝਦਾ ਉਹਨਾਂ ਨੂੰ ਜਾ ਕੇ ਚੈੱਕ ਕਰ ਲੈਣਾ ਚਾਹੀਦਾ। ਦੇਖੋ ਮੈਂ ਸਮਝਦਾ ਬਹੁਤ ਸਾਰੇ ਪ੍ਰੋਜੈਕਟ ਨੇਗੇ ਜਿਹੜੇ ਸਟੇਟ ਭੇਜਦਾ ਗਾ, ਜਿਹੜੇ ਗੌਰਮੈਂਟ ਆਫ ਇੰਡੀਆ ਦੇ ਵੀ ਹੁੰਦੇ ਨੇ, ਸਟੇਟ ਵੀ ਭੇਜਦਾ ਗਾ, ਔਰ ਸਟੇਟ ਆਪਣਾ ਸ਼ੇਅਰ ਪਾਉਂਦਾ ਗਾ, ਸਟੇਟ ਆਪਣਾ ਹਿੱਸਾ ਪਾਉਂਦਾ ਗਾ। ਸੋ ਉਹਨਾਂ ਮਾਮਲਿਆਂ ਦੇ ਉੱਤੇ ਉਹਨਾਂ ਨੂੰ ਮੈਂ ਸਮਝਦਾ ਸ਼ਾਇਦ ਜਾਣਕਾਰੀ ਨਹੀਂ, ਕਿਉਂਕਿ ਕਾਫੀ ਲੰਬਾ ਅਰਸਾ ਹੋ ਗਿਆ ਉਹਨਾਂ ਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹੋਇਆ। ਦੇਖੋ ਕੋਈ ਕਿਸੇ ਵਿਧਾਇਕ ਦਾ ਕੋਈ ਹੱਥ ਨਹੀਂ ਹੈਗਾ, ਜੇ ਕੋਈ ਮਾਮਲਾ ਸਾਹਮਣੇ ਆਊਗਾ ਤਾਂ ਕਾਰਵਾਈ ਕੀਤੀ ਜੂ, ਕੋਈ ਕਿਸੇ ਕਿਸਮ ਦਾ ਧੱਕਾ ਨਾ ਕੇਬਲ ਆਪਰੇਟਰ ਤੇ ਨਾ ਕਿਤੇ ਹੋਰ। ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਪਰਿਸਰ ਦੇ ਵਿੱਚ ਪਤਾ ਲੱਗਾ ਕਿ ਨੌਨ ਵੈਜ ਔਰ ਸ਼ਰਾਬ ਜਿਹੜੀ ਉਧਰਲੇ ਪਾਸੇ ਚਲੇ, ਕਾਫੀ ਵਿਰੋਧ ਇਸ ਦਾ ਵਾਇਰਲ ਹੋਇਆ। ਦੇਖੋ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਤੁਰੰਤ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਆ, ਤੋ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਚਾਹੀਦਾ ਗਾ, ਪੰਜਾਬ ਇਕਾਈ ਨੂੰ ਚਾਹੀਦਾ ਗਾ, ਉਹ ਸੈਂਟਰ ਦੇ ਅੰਦਰ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਕੇ ਇਹ ਮਾਮਲਾ ਜਿਹੜਾ ਸਾਡੇ ਕਾਊਂਟਰ ਪਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਉਠਾਉਣਾ ਚਾਹੀਦਾ, ਤਾਂ ਕਿ ਇਹਦਾ ਹੱਲ ਹੋ ਸਕੇ। ਬਿਲਕੁਲ ਇਹ ਬਹੁਤ ਹੀ ਮੰਦਭਾਗੀ ਗੱਲ ਆ, ਮੈਂ ਇਹਦੀ ਨਿੰਦਾ ਵੀ ਕਰਦਾਂਗਾ। ਸੋ ਤੁਰੰਤ ਉਹਨਾਂ 'ਤੇ ਐਕਸ਼ਨ ਹੋਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਇਹਦੇ 'ਤੇ ਆਪਣਾ ਕੰਮ ਕਰਨਾ ਚਾਹੀਦਾ।
ਬਿਲਕੁਲ ਸਮੇਂ ਸਮੇਂ ਸਿਰ ਵਿਧਾਇਕ ਵੀ, ਪੰਜਾਬ ਦੇ ਲੋਕ ਵੀ, ਦੇਸ਼ ਵਿਦੇਸ਼ਾਂ ਦੇ ਲੋਕ ਵੀ, ਸੰਗਤ ਜਿਹੜੀ ਆ ਉਹ ਜਾਂਦੀ ਰਹਿੰਦੀ ਹੈਗੀ। ਸੋ ਰੂਟੀਨ ਦੇ ਅੰਦਰ ਕੋਈ ਵੀ ਜਾ ਸਕਦਾ, ਤੁਸੀਂ ਵੀ ਜਾ ਸਕਦੇ। ਸਰ, ਇੱਕ ਡੀਸੀ ਦਫ਼ਤਰ ਦਾ ਘਿਰਾਵ ਕਿਸਾਨ ਕਰ ਰਹੇ ਆ, ਪਰਾਲੀ ਦੇ ਮਸਲੇ ਵੱਧ ਰਹੇ ਹੋ, ਕਹਿੰਦੇ ਕਿ ਸਾਡੇ ਤੇ ਜਿਹੜੇ ਐਕਸ਼ਨ ਹੋ ਗਏ ਕੇਸ ਦੇ ਵਿਰੁੱਧ। ਦੇਖੋ, ਬਿਲਕੁਲ ਸਪਸ਼ਟ ਆ ਕਿ ਸਰਕਾਰ ਨੇ ਪਹਿਲੀ ਵਾਰ ਆ ਕਿ ਕਿਸਾਨਾਂ ਦੀ ਅਸੀਂ ਬਾਂਹ ਫੜੀ ਆ, ਕਿਸਾਨਾਂ ਨੂੰ ਅਸੀਂ ਮਸ਼ੀਨਰੀ ਦੇ ਰਹੇ ਹਾਂ ਕਿ ਸਾਰਾ ਕੁਛ ਮੁਹੱਈਆ ਕਰਵਾ ਰਹੇ ਹਾਂ, ਔਰ ਕਿਸਾਨਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਔਰ ਵਾਤਾਵਰਨ ਦਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਜਦੋਂ ਸਾਡੇ ਬੱਚੇ, ਜਦੋਂ ਸਾਡੇ ਬੱਚੇ ਵਿਦੇਸ਼ਾਂ ਵਿਦੇਸ਼ਾਂ ਦੇ ਅੰਦਰ ਜਾਂਦੇ ਨੇ, ਉੱਥੇ ਜਾ ਕੇ ਉਹ 100% ਰੂਲ ਨੂੰ ਲਾਗੂ ਕਰਦੇ, ਉੱਥੇ ਬਿਲਕੁਲ ਮਾੜਾ ਜਿਹਾ ਵੀ ਧੂੰਆਂ ਘਰ ਚੋਂ ਨਹੀਂ ਨਿਕਲ ਦਿੱਤਾ ਜਾਂਦਾ। ਤਾਂ ਇੱਥੇ ਮੈਂ ਸਮਝਦਾ ਕਿਸਾਨਾਂ ਨੂੰ ਜਿਹੜਾ ਵਾਤਾਵਰਨ ਬਚਾਉਣ ਦੇ ਅੰਦਰ ਸਾਥ ਦੇਣਾ ਚਾਹੀਦਾ, ਸਰਕਾਰ ਜਦੋਂ ਉਹਨਾਂ ਦਾ ਸਾਥ ਦੇ ਰਹੀ ਆ, ਸੋ ਸਰਕਾਰ ਨਾਲ ਕੋਆਪਰੇਟ ਕਰਨਾ ਚਾਹੀਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਅੱਗ ਲਾਉਣ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਨਹੀਂ ਲਾਉਣੀਆਂ ਚਾਹੀਦੀਆਂ।